गांव अखवाना के लोगों ने गांव के उस कच्चे तालाब को लेकर रोष प्रकट किया जो इस गांव में बना हुआ है और ये पानी से भरा हुआ है तो इसमें आवारा मवेशी मरे पड़े रहते हैं सांप पिच्छू और कीड़े मकोड़े निकलकर लोगों के घरों में जाते हैं लोगों का कहना है कि गंदा पानी सारा दिन सड़ान देता रहता है और बीमारियां पैदा करता है इसमें जिला प्रशासन से लोगों ने कहा कि इस तालाब को पक्का करवाएं या साफ करवाएं या इस तालाब को खत्म करवा दे ताकि लोग सुरक्षित रहें ਖੋਨੇ ਪਿੰਡ ਦੇ ਵਿੱਚ ਸੱਪੜਾ ਨਾ ਤੇ ਛੜਾ ਇਹਨੇ ਬੜਾ ਹੀ ਚਿੰਨੇ ਚੇਰੋ ਇਹਨੇ ਖੋਨੇ ਪਿੰਡ ਦੇ ਵਿੱਚ ਡੰਗਰ ਵੀ ਪਾਉਂਦੇ ਨੇ ਸੱਪ ਸਪੋਲੀ ਵੀ ਬੜੇ ਆਂਦੇ ਨੇ ਕੋਈ ਹੱਲ ਨਹੀਂ ਕਰਦਾ ਇਹਦਾ ਕੋਈ ਹੱਲ ਨਹੀਂ ਕਰਦਾ ਕਈ ਬਣੇ ਤੇ ਕਈ ਆਏ ਨੇ ਤੇ ਇੱਥੇ ਹੱਲ ਨਹੀਂ ਹੁੰਦਾ ਜੋ ਪੈਪਸੀ ਪਲਾਂਟ ਲੱਗਿਆ ਜਦੋਂ ਦਾ ਵੀ ਬਥੇਰੇ ਆਏ ਨੇ ਤੇ ਨਹੀਂ ਹੱਲ ਨਹੀਂ ਹੁੰਦਾ ਕੋਈ ਹੱਲ ਕੋਈ ਕਰਦਾ ਹੀ ਨਹੀਂ ਕਿੰਨੇ ਤਰ੍ਹਾਂ ਗੱਲ ਕੀਤੀ ਤੁਸੀਂ हां ਸਰਪੰਚੇ ਕਰਨਾ ਵੀ ਬਥੇਰੀ ਵਾਰੀ ਗੱਲ ਕੀਤੀ ਆ ਕਈ ਸਰਪੰਚ ਬਣ ਇਹ 18-20 ਸਾਲ ਹੋਈ ਹੈ ਨਾ 18-20 ਸਾਲ ਹੋਈ ਹੈ ਨਾ ਡੰਗਰ ਵੀ ਪੋਂਦੇ ਨਾ ਬਥੇਰੀ ਵਾਰੀ ਤੇ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਹੁੰਦੀ ਜਦੋਂ ਜਸਤਾ ਗਰਮੀ ਆਏ ਤੇ ਗਰਮ ਬਰਸਾਤ ਆਉਣੀ ਜੂ ਸਾਰੇ ਸੱਤ ਫਸੋਲ ਜੰਦਰ ਵੱਢਦੇ ਨਾ ਸਾਰੇ ਬੱਚਿਆਂ ਦਾ ਵੀ ਬੜਾ ਤੇਰਾ ਸਮੈਲ ਵੀ ਸਮੈਲ ਵੀ ਬੜੀ ਆਉਂਦੀ ਹਾਂ ਜੰਟੀ ਕੀ ਨਾਮ ਹੈ ਤੁਹਾਡਾ ਸੱਸੀ ਦੇਵ ਪਿੰਡ ਦਾ ਕੀ ਨਾਮ ਹੈ ਅਖਵਾਨਾ ਜੀ ਇੱਥੇ ਕੀ ਸਮੱਸਿਆ ਜਲਦੀ ਵੀ ਹੈ ਇੱਥੇ ਸਮੱਸਿਆ ਹੈ ਕਿ ਇਹ ਸਾਡੇ ਘਰ ਨਾਲ ਇੱਕ ਛੱਪੜ ਹੈ ਇੱਥੇ ਕਈ ਦਿਨਾਂ ਦਾ ਪੇ ਗੰਦਾ ਪਾਣੀ ਹੈ ਕਈ ਸਾਲਿਆਂ ਦਾ ਤੇ ਜੇ ਕਈ ਸਰਪੰਚ ਆਏ ਨੇ ਤੇ ਕਈ ਗਏ ਨੇ ਬਣੇ ਨਾ ਭਈ ਤੇ ਜੇ ਇਹ ਗਲਾਨੇ ਆ ਤਾਂ ਗਲਾਂਦੇ ਹਾਂ ਤੁਹਾਡਾ ਹੱਲ ਕਰ ਦਿੰਨੇ ਆ ਤੇ ਕਰਦੇ ਆਪਣੀ ਜਿਹੜੀ ਕੋਸ਼ਿਸ਼ ਹੈ ਬਥੇਰੀ ਕਰ ਦੇਣਾ ਤੇ ਕੇ ਬਤਾਉਣ ਉਹ ਹੁੰਦਾ ਪਿੱਛੇ ਹੁੰਦਾ ਜਾਂ ਨਹੀਂ ਹੁੰਦਾ ਪਰ ਐਸਾ ਹਾਲ ਹੈ ਤੱਕ ਕਿਸ ਨੇ ਨਹੀਂ ਕੀਤਾ। ਕਿਹਨ ਡੰਗਰ ਵਗਾਰਾ ਬੜੇ ਡੰਗਰ ਬੜੇ ਇਥੇ ਪੇਨ ਵਿੱਚ ਤਾਂ ਸੜੀਂਦੇ ਨਾਲ ਵਿੱਚ ਕੁੱਤੇ ਵੀ ਖੰਦੇ ਨੇ ਉਹ ਜੀ ਆਂਦਰਾ ਲੈ ਕੇ ਬਾਹਰ ਕੱਢਦੇ ਨੇ ਇਨੀ ਬਦਬੂ ਆਂਦੀ ਹੈ ਕਿ ਉਲਟੀਆਂ ਨਾਲ ਮਨ ਵੀ ਬੜਾ ਹੁੰਦਾ ਫੇਰੀ ਤੇ ਲਾਗੀ ਦਿਖੇ ਸਰ ਕੋ ਰੋਟੀ ਖਾਣੇ ਦੇਲ ਨਹੀਂ ਕਰਦਾ ਅੰਦਰ ਸੱਪਸ ਬੋਲੀਆਂ ਵੀ ਆਂਦੇ ਕੇਵਰ ਸਰ ਅੰਦਰ ਵੀ ਸੱਪ ਬੜੇ ਹੁੰਦੇ ਨੇ ਨਾ ਤਾਂ ਜੋ ਲੈ ਅੰਦਰ ਜਾਈਏ ਤੇ ਦਿਖਣੇ ਤਾਂ ਫਿਰ ਉਹਨੇ ਹੀ ਮਾਰਨਾ ਜਾਂ ਬਾਹਰ ਕੱਢਣਾ ਹੈ। ਤੇ ਇਹ ਬੱਚੇ ਜਿਹੜੇ ਸਾਡੇ ਘਰਾਂ ਚ ਫਿਰਦੇ ਨੇ ਨਾਲ ਹੀ ਤਾਂ ਗੱਟੇ ਵਿੱਚ ਕਿ ਪੈਪਸੀ ਪਲਾਂਟ ਵੀ ਲੱਗੀ ਆ ਤੇ ਉਹਦੀ ਵੀ ਜ਼ਿਆਦਾ ਜਿਹੜੀ ਵੀ ਬਦਬੂ ਆਂਦੀ ਰਹਿੰਦੀ ਇਹ ਕਿਹਦੇ ਭਨ ਹੋਗੇ ਤੇ ਹੋਈ ਹੈ ਭਨ ਹੋ ਬੋਲਨੇ ਸੀ ਇਹਦੀ ਵੀ ਬਦਬੂ ਆਂਦੀ ਇਹਦੀ ਵੀ ਆਂਦੀ ਹੈ ਤੇ ਇਥੇ ਬਿਮਾਰੀਆਂ ਫੈਲਣੀਆਂ ਨੇ ਤਸੜਾ ਇਹਦੀ ਸੁਣਵਾਈ ਜਿਹੜੀ ਆ ਇਹ ਜਲਦੀ ਤੇ ਜਲਦੀ ਹੋਣੀ ਚਾਹੀਦੀ ਆ ਇੰਡਸਟਰੀਆਂ ਾਨ ਕਰਕੇ ਪਿੰਡ ਦੇ ਵਿੱਚ ਹੀ ਪਾਣੀ ਰੁਕਿਆ ਨਾਲੇ ਭਰੇ ਪੈਨ ਜਿੱਥੋਂ ਲੋਕੀ ਆ ਨਾ ਬਿਮਾਰੀ ਦਾ ਸ਼ਿਕਾਰ ਹੁੰਦੇ ਪੈਨ ਤੇ ਉੱਪਰ ਟੱਕੀ ਦਾ ਵੀ ਪਾਣੀ ਤਿੰਨ ਚਾਰ ਮੁੱਲਿਆਂ ਦਾ ਖੜਾ ਹੈ ਸ਼ਰਾਬ ਫੈਕਟਰੀ ਲੱਗੇ ਵੀ ਖੜਾ ਤੇ ਸਾਡੀ ਕੋਈ ਨਹੀਂ ਅਸੀਂ ਜਾਖੜ ਸਾਨੂੰ ਜਿਹੜੀ ਆ ਮੰਗ ਪੱਤਰ ਦਿੱਤਾ ਸੀ ਹੁਣ ਨਹੀਂ ਡੀਸੀ ਸਾਨੂੰ ਹੀ ਬਣਾ ਕੇ ਰੱਖੇਦਾ ਅਸੀਂ ਅੱਜ ਕੱਲ ਚ ਜਾਣਾ ਤੇ ਨਾਲੇ ਟੱਕੀ ਦਾ ਸਾਡਾ ਕੇਸ ਵੀ ਲੱਗੇਦਾ ਉਹ ਅਸੀਂ ਦੇਖ ਰਹੇ ਆ ਕਿ ਸਾਡੀ ਜ਼ਿਲ੍ਹੇ ਨੂੰ ਨਿਸ਼ਾਨਦੇਹੀ ਹੁੰਦੀ ਆ ਤਾਂ ਅਸੀਂ ਉਹਦਾ ਜਿਹੜਾ ਆ ਹਾਂਜੀ ਉਹਦਾ ਤਲਾ ਦਾ ਜਿਹੜਾ ਪਾਣੀ ਦਾ ਨਿਕਾਸ ਕਰਾਉਣਾ ਜਦੋਂ ਸ਼ਰਾਬ ਦੀ ਫੈਕਟਰੀ ਦੀ ਗੱਲ ਕਰਦੇ ਪਏ ਹੀ ਨਾਲ ਪੈਪਸੀ ਕੰਪਨੀ ਕਿਹੜੀ ਗੱਲ ਕਰਦੇ ਪਈ ਹੈ ਪਾਣੀ ਰੁਕਿਆ ਆ ਗੈਰ ਰੁਕਿਆ ਆ ਉਧਰ ਮਹੱਲਾ ਸਮਾਨ ਚਾਂਦਾ ਤੇ ਅਸੀਂ ਮਨ ਲਾਇਆ ਤੇ ਠੱਕੀ ਪਰ ਵੀ ਜੱਗੀਆਂ ਦਾ ਤੇ ਇਹਦਾ ਟਾਟ ਲਿਆ ਮਹੱਲੇ ਦਾ ਪਾਣੀ ਰੁਕਿਆ ਉਹ ਰਸੀਂ ਮਨ ਲਾਇਆ ਉੰਦੇ ਤੇ ਘਰਾਂ ਦੇ ਵਿੱਚ ਨਾ ਗੰਦਾ ਕੋ ਹਿਸਾਬ ਨਹੀਂ ਆਏ ਦਿਨ ਉੱਥੇ ਪਸ਼ੂ ਜਿਹੜੇ ਡਿਗਦੇ ਨੇ ਜੇ ਕੋਈ ਅਣਜਾਣ ਆਦਮੀ ਵੀ ਆ ਜੇ ਤੇ ਉਹ ਵੀ ਉੱਥੇ ਡਿਗ ਜਾਂਦਾ ਤੇ ਪਸ਼ੂ ਤੇ ਰਸੇ ਭਾ ਕੇ ਖਿੱਚਨੇ ਪੈਂਦੇ ਆ ਇੰਨੀ ਬੁਰੀ ਹਾਲਤ ਤੇ ਇਹ ਕਿ ਲੋਕੀ ਵੀ ਜਿਹੜਾ ਹੈ ਪਰੇਸ਼ਾਨ ਪਰੇਸ਼ਾਨ ਤਾਂ ਬੜੀ ਸਮੱਸਿਆ ਹੈ ਉੱਥੇ ਕੀੜੇ ਮਕੋੜੇ ਵੀ ਲੋਕਾਂ ਦੇ ਘਰਾਂ ਵਰਦੇ ਪੈਣ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਸਾਡੀ ਚੇਤੀ ਤੋਂ ਛੇਤੀ ਸਾਡੀ ਇਹ ਜਿਹੜੀ ਹੈ ਸਮੱਸਿਆ ਦਾ ਹੱਲ ਹੋਣਾ ਚਾਹੀਦਾ